ਕਿਆ ਹਾਲ ਆ ਸਾਰੇ ਠੀਕ ਹੋ ਖੁਸ਼ ਬਾਸ਼ ਹੋ ਸੋ ਜਨਾਬ ਇੱਕ ਨਵੇਂ ਵਲੌਗ ਦੇ ਵਿੱਚ ਤਾਂ ਸਾਰਿਆਂ ਨੂੰ ਖੁਸ਼ ਆਮਦੀ ਸਭ ਤੋਂ ਪਹਿਲਾਂ ਜਿਹੜੇ ਭਾਈ ਚੈਨਲ ਤਾਂ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਵਾਲੀ ਘੰਟੀ ਵੀ ਦਬਾ ਲਓ ਔਰ ਉਸ ਤੋਂ ਬਾਅਦ ਜਨਾਬ ਤੁਸੀਂ ਨਜ਼ਰ ਆ ਹੀ ਰਹੇ ਹੋ ਸੀ ਤੁਹਾਨੂੰ ਪਰ ਮੈਂ ਜ਼ਰਾ ਨਾ ਚਹਿਲ ਪਹਿਲ ਵਿੱਚ ਇਲਾਕੇ 'ਚ ਆਏ ਹਾਂ ਇਹ ਜਿਹੜੀ ਝੀਲ ਹੈ ਇਹ ਅੱਗੇ ਵੀ ਇੱਕ ਵਾਰ ਮੈਂ ਕਵਰ ਕੀਤੀ ਹੈ ਥਾਂ ਆ ਵੀਡੀਓ ਸ਼ੀਡੀਓ ਬਣਾਈ ਹੈ ਲਿਹਾਜ਼ਾ ਅੱਜ ਜਿਹੜਾ ਨਾ ਇਸ ਤੋਂ ਪਲੈਨ ਅੱਗੇ ਦਾ ਵਾ ਠੀਕ ਹੈ ਲੇਕਿਨ ਮੈਂ ਇੱਕ ਸਟਾਰਟ ਆਪਣਾ ਇੱਥੋਂ ਲੈਣਾ ਇਸ ਜਗ੍ਹਾ ਤੋਂ ਕਿਉਂਕਿ ਇੱਕ ਸੀਨ ਚੰਗਾ ਬਾਕੀ ਮਾਹੌਲ ਬੜਾ ਪਿਆਰਾ ਮੈਂ ਕਿਹਾ ਇਹ ਤੋਂ ਸਟਾਰਟ ਲੈਂਦੇ ਹਾਂ ਨਾਲੇ ਤੁਹਾਨੂੰ ਆਹਿਸਤਾ ਆਹਿਸਤਾ ਦੀਦਾਰ ਦਰਸ਼ਨ ਸਾਰੇ ਕਰਾਉਂਦੇ ਬਸ ਬਸਾਂ ਇਸ ਹੀ ਅਗਲਾ ਜਨਾਬ ਇਨਸ਼ਾ ਅੱਲਾ ਮੈਂ ਜਾ ਰਿਹਾ ਜਾਮਰਾ ਸ਼ਰੀਫ ਸਰਕਾਰ ਦੀ ਨਗਰੀ 'ਚ ਅਤੇ ਫਿਲਹਾਲ ਇੱਥੇ ਪਹੁੰਚਿਆ ਮੈਂ ਕਿ ਚਲੋ ਇਹ ਆ ਬੰਗਾਲ ਜਿਹੜੇ ਜਿਹੜੇ ਇਲਾਕੇ ਕਵਰ ਹੁੰਦੇ ਨੇ ਉਹ ਕੀਤੀ ਜਾਂਦੇ ਹਾਂ ਉੱਥੋਂ ਵਾਂਗ ਤੁਹਾਨੂੰ ਇਨਸ਼ਾ ਅੱਲਾ ਜ਼ਿਆਰਾਤ ਵਗੈਰਾ ਵੀ ਕਰਸਿਆਂ ਅਤੇ ਬਾਕੀ ਸਾਰਾ ਸੀਨ ਸੁਨਹਿਰੀਓ ਵੀ ਉਹ ਸੀ ਬਾਕੀ ਤਕਰੀਬਨ ਇੱਥੇ ਜਿਸ ਟਾਈਮ ਅਸੀਂ ਪਹਾੜੀ ਤੋਂ ਉੱਤੇ ਚੜ੍ਹਦੇ ਗਏ ਨਾ ਪਹਾੜੀ ਤੋਂ ਤੱਲਾ ਸਾ ਅਤੇ ਯਕੀਨ ਮੰਨੋ ਗਰਮੀ ਦੀ ਐਂਡ ਆਈ ਤਕਰੀਬਨ ਕਾਫੀ ਹੱਦ ਤੱਕ ਜਿਹੜਾ ਨਾ ਸੇਕ ਵਗੈਰਾ ਯੇ ਵੋ ਲੇਕਿਨ ਜਦੋਂ ਇੱਥੋਂ ਉੱਤੇ ਚੜ੍ਹਦੇ ਗਏ ਨੇ ਇਸ ਇਲਾਕੇ 'ਚ ਆਉਂਦੇ ਗਏ ਬਾਹਰ ਆ ਗਈ ਆ ਠੰਡੀ ਠੰਡੀ ਹਵਾ ਕੁਝ ਆ ਝੀਲ ਦੀ ਆ ਪਾਣੀ ਉਹ ਜਿਸ ਟਾਈਮ ਆ ਤੋਰਾਂ ਆਏ ਫਿਰਦਾ ਨਾ ਤਾਂ ਆਵਾਜ਼ 'ਚ ਲੱਗਦਾ ਤੋ ਮਾਹੌਲ ਬੜਾ ਪਿਆਰਾ ਬਣਿਆ ਲਿਹਾਜ਼ਾ ਇੱਥੇ ਖੂਬਸੂਰਤੀ ਹੈ ਅੱਲਾ ਪਾ ਕੇ ਜ਼ਿਲ੍ਹਾ ਚਕਵਾਲ ਹੈ ਜਿਹਦਾ ਕਿ ਸਾਡੇ ਜ਼ਿਲ੍ਹਾ ਮੇਂ ਜਿਹੜਾ ਸਾਡੇ ਤੋਂ ਖੂਬਸੂਰਤੀ ਇਤਨੀ ਦੂਰ ਆ ਵਜੋਂ ਜੇ ਆ ਕਿਤੇ ਉਹ ਜ਼ਿਆਦਾ ਟਿਕਟ ਲੈਣਾ ਪਾਉਂਦਾ ਤਾਂ ਖੂਬਸੂਰਤੀ ਤਾਂ ਬਣਨਾ ਪਾਉਂਦਾ ਬਹਰਹਾਲ ਚਲੋ ਜੀ ਅੱਲਾ ਪਾਕ ਦੀ ਅਥਾਰ ਇਹ ਬਸ ਤੁਹਾਨੂੰ ਸਾਰੇ ਕੋਲ ਦੱਸ ਕੇ ਇੱਥੇ ਆ ਸਕਦੇ ਹਾਂ ਹੋਰ ਸਾਡੇ ਕੋਲ ਸੀਨ ਸੁਨਹਿਰੀ ਹੋ ਆਪਣੇ ਕੋਲ ਤਾਂ ਗਵਾਡ ਹੈ ਕੋਈ ਨਾ ਇਹ ਚਿਲ ਮਾਹੌਲ ਹੁੰਦਾ ਚਲ ਬੜੀ ਜੀ ਮੈਂ ਨਾ ਇੱਕ ਦੋ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਉਹ ਇਹ ਸ਼ੇਅਰ ਕਰਨੀਆਂ ਨੇ ਕਿ ਜਿਹੜੇ ਭਾਈ ਦੋ ਸਾਡੇ ਇਲਾਕੇ ਦੇ ਜਾਂ ਈਵਨ ਪਿੰਡ ਦਾਦਨ ਖਾਨ ਦੇ ਖੁਸ਼ਾਬ ਦੇ ਜਾਂ ਇਸ ਤੋਂ ਪਰ ਸਾਡੇ ਤੋਂ ਇਲਾਕਾ ਜਿਹੜਾ ਦਰਿਆ ਵਾਲੀ ਸਾਈਡ 'ਤੇ ਲੱਗਦਾ ਵਾ ਅਗਰ ਉਹ ਬੰਦੇ ਉੱਥੇ ਬਨਾਰ ਦਾ ਰੁੱਖ ਕਰਨਾ ਚਾਹੁੰਦੇ ਨਾ ਉਹਨਾਂ ਵਾਸਤੇ ਇੱਕ ਫਾਇਦੇ ਦੀ ਗੱਲ ਇਹ ਹੈ ਕਿ ਜਿਹੜਾ ਮਾਟਣ ਲੀਲਾ ਤੋਂ ਮਾਟਣ ਖੁਰਦ ਦਾ ਰਸਤਾ ਨਾ ਔਰ ਮਾਟਨ ਕਲਾਂ ਤੱਕ ਬਿਲਕੁਲ VIP ਰੋਡ ਬਣ ਗਿਆ ਤੁਸੀਂ ਜਿਹੜਾ ਖਿਊੜਾ ਵੈਣਾ ਖਿਊੜਾ ਰੋਡ ਮੇਰੇ ਖਿਆਲ 'ਚ ਮੈਂ ਸੁਣਿਆ ਮੇਰਾ ਚੱਕਰ ਨਹੀਂ ਲੱਗਾ ਉਦਾਂ ਇਨਸ਼ਾਅੱਲਾ ਅਲੱਗ ਸੀ ਉਹ ਖਰਾਬ ਹੈ ਬਾਕੀ ਇਹ ਰਾਹ ਬਹੁਤ ਬਿਹਤਰੀਨ ਹੋ ਗਿਆ ਜਿੰਨਾ ਬਿਹਤਰੀਨ ਸਾਫ਼ ਸੁਥਰਾ ਰੋਡ ਨਵਾਂ 0 ਮੀਟਰ ਰੋਡ ਹੈ ਔਰ ਇੱਧਰ ਤੁਹਾਨੂੰ ਸ਼ਾਰਟਕੱਟ ਵੀ ਪਾਉ ਸੀ ਔਰ ਇਨਸ਼ਾਅੱਲਾ ਬਿਹਤਰ ਔਰ ਪਾਏਦਾਰ ਸਫ਼ਰ ਤੁਹਾਡਾ ਸੀ ਇੱਕ ਹੈ ਨੈਚੁਰਲ ਬਿਊਟੀ ਜਿਹੜੀ ਹੈ ਤੁਸੀਂ ਇੰਜੋਏ ਕਰਦੇ ਵੈਸੋ ਮੈਂ ਜ਼ਿਹਨ 'ਚ ਗੱਲ ਆਈ ਮੈਂ ਕਿਹਾ ਅਗਰ ਕੋਈ ਬੰਦਾ ਮੈਂ ਵਲਾਗ ਦੇ ਜ਼ਰੀਏ ਇੱਕ ਬਿਹਤਰ ਰਾਹ ਦੀ ਤਰਫ ਚੱਲ ਪਵਾਈਆ ਇਦੋਂ ਦੀ ਲਾਗ ਬਣ ਜਾਵੇ ਉਹਦੇ ਵਾਸਤੇ ਆਸਾਨੀ ਪੈਦਾ ਹੋ ਜਾਵੇ ਤਾਂ ਹੋਰ ਕੇ ਚਾਹੀਦਾ ਜ਼ਿਆਦਾ ਹੁਣ ਹੈਗਾ ਜੀ ਉਹ ਝੀਲ ਵਾਲਾ ਜਿਹੜਾ ਸੀਨ ਹੈ ਜੀ ਉਹ ਤੁਹਾਨੂੰ ਅਸੀਂ ਖੁਦਾ ਹਾਫਿਜ਼ ਨੂੰ ਆਖਾਂ ਬੈਕ ਹੋ ਗਿਆ ਪਿੱਛੇ ਬਾਕੀ ਜਿਸ ਟਾਈਮ ਅਸੀਂ ਪੁਛਾਲ ਹੀ ਆਪਣੇ ਹਾਂ ਨਾ ਜਿਹੜਾ ਮਿਆਣੀ ਵਾਲਾ ਰੋਡ ਹੈ ਨਾ ਉਦੋਂ ਮਾਡਰਨ ਖੁਰਦ ਮਾਡਰਨ ਕਲਾਂ 'ਚ ਜਿਹੜਾ ਚੜ੍ਹਦਾ ਇਸ ਉਸ ਰੋਡ ਤੋਂ ਜਨਾਬ ਅਸੀਂ ਪੁਛਾਲਾਂ ਵਿੱਚੋਂ ਜਾ ਕੇ ਸ਼ਾਰਟਕੱਟ ਰਸਤਾ ਹੁੰਦਾ ਜਾਮਰਾ ਸ਼ਰੀਫ ਦਾ ਅੱਛਾ ਜੀ ਉੱਥੋਂ ਜਨਾਬ ਅਸੀਂ ਸ਼ਾਰਟਕੱਟ ਲਿਆ ਅਤੇ ਜਾਮਰਾ ਸ਼ਰੀਫ ਦੀ ਤਰਫ ਜਿਹੜਾ ਨਿਕਲ ਆਇਆ ਹੁਣ ਰਸਤੇ ਹੀ ਖਲਿਆ ਸਮੇਂ ਕਿ 2 ਮਿੰਟ ਜਿਹੜਾ ਨਾ ਰਸਤੇ ਦਾ ਤੁਹਾਨੂੰ ਵੀ ਦੱਸ ਦੇਈਏ ਸਮਝਾ ਦੇਈਏ ਔਰ ਉਸ ਤੋਂ ਬਾਅਦ ਇਨਸ਼ਾਅੱਲਾ ਜਿਹੜਾ ਅਗਲਾ ਲਾਇਆ ਮਿਲਾਉਣ ਇਨਸ਼ਾਅੱਲਾ ਤਕਰੀਬਨ 5 ਤੋਂ 10 ਮਿੰਟ ਦਾ ਜ਼ਿਆਦਾ ਤੋਂ ਜ਼ਿਆਦਾ ਸਫ਼ਰ ਰਹਿ ਗਿਆ ਉੱਥੇ ਜਨਾਬ ਪਹੁੰਚਦੇ ਇਨਸ਼ਾਅੱਲਾ ਚੈੱਕ ਕਰਦੇ ਹਾਂ ਸਲਾਮ ਹਾਜ਼ਰੀ ਆਪਣੀ ਦਿੰਦੇ ਹਾਂ ਠੀਕ ਹੋ ਗਿਆ ਬਾਕੀ ਇਨਸ਼ਾਅੱਲਾ ਜਿਹੜਾ ਸੀਨ ਹੋਇਆ ਜੇ ਕੁਝ ਹੋਇਆ ਉਹ ਇਨਸ਼ਾਅੱਲਾ ਨਾਲ ਨਾਲ ਤੁਹਾਨੂੰ ਅਪਡੇਟ ਦਿੰਦਾ ਰਸ ਠੀਕ ਹੋ ਗਿਆ ਵਕਤ ਤੋਂ ਪਹਿਲ ਕੋਈ ਵੀ ਗੱਲ ਨਹੀਂ ਕਰ ਸਕਦਾ ਹੁਣ ਮੈਂ ਕਹਾਂ ਇੰਜੋ ਸੀ ਸ਼ਾਇਦ ਇਸ ਤਰ੍ਹਾਂ ਨਾ ਹੋਵੇ ਤਾਂ ਗਲਤ ਬਿਆਨ ਹੀ ਹੋ ਜਾਂਦੀ ਲਿਹਾਜ਼ਾ ਹੁਣ ਚੱਲੇ ਹਾਂ ਇਨਸ਼ਾਅੱਲਾ ਹਾਜ਼ਰੀ ਦਿੰਦੇ ਹਾਂ ਹਾਜ਼ਰੀ ਤੋਂ ਬਾਅਦ ਅਗਲਾ ਲਾਹੇ ਅਮਲ ਤੁਹਾਡੇ ਸਾਹਮਣੇ ਸੀ ਜਾਮਰ ਸ਼ਰੀਫ ਵਾਪਸੀ ਹੋ ਗਈ ਹੈ ਹੁਣ ਅਸੀਂ ਕਿੱਥੇ ਖਲੇ ਹਾਂ ਜਨਾਬ ਮਿਆਣੀ ਮਿਆਣੀ ਅੱਡੇ ਤੇ
ਕਿਹਾ ਲੱਗਾ ਮਿਆਣੀ ਹੈ ਪਿੱਛੇ ਜਨਾਬ ਪਲਾਜ਼ਾ ਮਲਿਕ ਇਮਰਾਨ ਸਾਹਿਬ ਰਹਿੰਦਾ ਮਲਿਕ ਰਿਜ਼ਵਾਨ ਸਾਹਿਬ ਦੇ ਕਜ਼ਨ ਜਿਹੜੇ ਨੇ ਉਹਦੇ ਜਗ੍ਹਾ ਅਸੀਂ ਗਏ ਰਹੇ ਹਾਂ ਵਿਜ਼ਿਟ ਸ਼ਿਜ਼ਿਟ ਮਾਰਿਆ ਮਾਸ਼ਾਅੱਲਾ ਬੜਾ ਪਿਆਰਾ ਪਲਾਜ਼ਾ ਇਹ ਸਾਰਾ ਜਿਹੜਾ ਹੈ ਨਾ ਤਾਂ ਕਿਹਾ ਫੀਲ ਹੋ ਰਿਹਾ ਹੈ ਬਾਕੀ ਜਨਾਬ ਸਾਰਾ ਅਜੇ ਤਾਂ ਅਸੀਂ ਥੋੜ੍ਹਾ ਬਾਹਰ ਨਿਕਲ ਕੇ ਖਲੇ ਹਾਂ ਮਾਸ਼ਾਅੱਲਾ ਮਿਆਣੀ ਬੜਾ ਤਰੱਕੀ ਚ ਬਾਦਸ਼ੋ ਕਾਰੋਬਾਰੀ ਮਾਮਲਾਤ ਨਾਲ ਬਹੁਤ ਤੇਜ਼ ਹੈ ਸਾਡੇ ਇਲਾਕੇ ਨਾਲੋਂ ਬਹੁਤ ਐਡਵਾਂਸ ਹੈ ਐਂਡ ਲੈਵਲ ਦਾ ਐਡਵਾਂਸ ਹੈ ਜੂਸ ਸ਼ੂਸ ਕੋਕ ਸ਼ੋਕ ਅਸਾਂ ਵਹਿੰਦੀ ਕੀਤੀ ਹੈ ਮੁਕਾਇਆ ਛੋੜੀ ਆ ਹੁਣ ਜਨਾਬ ਇੰਤਜ਼ਾਰ ਕਰ ਰਹੇ ਹਾਂ ਜਨਾਬ ਮਲਿਕ ਰਿਜ਼ਵਾਨ ਰਿਜ਼ਵੀ ਸਾਹਿਬ ਰਹਿੰਦਾ ਉਹਨਾਂ ਨਾਲ ਬਾਈ ਚਾਂਸ ਰਾਬਤ ਹੋਇਆ ਤਾਂ ਉਹ ਆ ਰਹੇ ਨੇ ਉਹ ਆ ਰਹੇ ਨੇ ਉਹਨਾਂ ਨਾਲ ਗੱਪ ਲੈਂਦੇ ਹਾਂ ਜੱਟ ਇੱਥੇ ਕਿਉਂਕਿ ਉਹਨਾਂ ਦਾ ਮਕਾਮੀ ਇਲਾਕਾ ਤਾਂ ਸਾਡਾ ਤਾਂ ਅਸੀਂ ਤਾਂ ਤੁਹਾਨੂੰ ਪਤਾ ਅੱਜ ਇੱਥੋਂ ਦਿਆਂ ਉਹਨਾਂ ਨਾਲ ਜ਼ਰਾ ਗੱਪ ਸ਼ੱਪ ਲੈਂਦੇ ਹਾਂ ਵਹਿੰਦੇ ਤਾਂ ਕਹਿੰਦੇ ਹਾਂ ਮਾਰਕੀਟਾਂ ਮਾਹੌਲ ਸ਼ੋਲ ਇੰਜੋਏ ਕਰਨੇ ਹਾਂ ਤੁਹਾਨੂੰ ਵਿਖਾਉਂਦੇ ਹਾਂ ਨਾਲੇ ਉਹ ਆਉਂਦੇ ਤੁਹਾਡੀ ਮੁਲਾਕਾਤ ਕਰਨੇ ਹਾਂ ਬਾਕੀ ਜਿਹੜੀ ਇਨਫੋਰਮੇਸ਼ਨ ਉਹਨਾਂ ਕੋਲ ਹੋਣੀ ਉਹ ਸਾਡੇ ਕੋਲ ਨਹੀਂ ਹੋਣੀ ਲਹਿਜ਼ਾ ਆਉਂਦੇ ਤਾਂ ਇਨਸ਼ਾਅੱਲਾ ਤੁਹਾਡਾ ਵੀ ਜਿਹੜਾ ਨਾਲ ਉਹਦੇ ਨਾਲ ਤਾਰਫ ਕਰਾਉਂਦੇ ਹਾਂ ਉਹਦਾ ਤੁਹਾਡੇ ਨਾਲ ਕਰਾਉਂਦੇ ਹਾਂ ਇੰਝ ਕਰਾਉਂਦੇ ਸਾਰਾ ਕੁਝ ਉਹ ਸੀ ਇਨਸ਼ਾਅੱਲਾ ਜੁੜੇ ਰਹੋ ਵੀਡੀਓ ਨਾਲ ਤਾਂ ਅੱਜ ਦਾ ਵਲੋਗ ਸਾਰਾ ਮਸਟ ਪੂਰਾ ਵੇਖਣਾ ਜਿਸ ਪੂਰਾ ਨਾ ਵੇਖਿਆ ਮੈਂ ਰਿੰਝ ਹੋ ਪੈਣਾ ਦੇ ਦੱਸ ਐਨਾ ਸਾ ਰਿੰਝ ਹੋ ਪੈਣਾ ਹਾਂ ਸਾਡੀ ਥੋਈ ਨੇ ਜੇ ਸਾਡਾ ਵਲੋਗ ਨਾ ਵੇਖਿਆ ਇੱਧਰ ਹੀ ਮਿਹਨਤ ਕਰ ਰਹੇ ਹਾਂ ਅਸੀਂ ਇਹ ਜਨਾਬ ਮਲਿਕ ਰਿਜ਼ਵਾਨ ਰਿਜ਼ਵੀ ਸਾਹਿਬ ਦਾ ਸ਼ੋਰੂਮ ਹੈ ਮੋਟਰਸਾਈਕਲਾਂ ਦਾ ਇਹ ਹੋਂਡਾ 70 ਖਲਿਆ ਇਹ 125 ਇਹ ਰੋਡ ਪ੍ਰਿੰਸ ਠੀਕ ਹੋ ਗਿਆ ਇੱਥੇ ਜਿਹੜੇ ਖਾਨਾ ਖਾਲੀ ਹੈ ਮੋਟਰਸਾਈਕਲ ਸੇਲ ਹੋ ਗਏ ਇਹ ਜਨਾਬ ਯੂਨਾਈਟਿਡ ਬਸ ਹੋਂਡਾ ਇਹ ਜਨਾਬ 125 ਇਹ ਮਲਿਕ ਸਾਹਿਬ ਹੋ ਗਏ ਇਹ ਜਨਾਬ ਆਨਰ ਪ੍ਰੋਪਰਾਈਟਰ ਮਲਿਕ ਰਿਜ਼ਵਾਨ ਹਸਨ ਰਿਜ਼ਵੀ ਸਾਹਿਬ ਮਾਟਨ ਖੁਰ ਤੋਂ ਮਲਿਕ ਸਾਹਿਬ ਕੈਸਾ ਕਾਰੋਬਾਰ ਜਾ ਰਿਹਾ ਅੱਛਾ ਅਗਰ ਕੋਈ ਸਾਡੇ ਵਲਾਗ ਦੀ ਤਰਫੋਂ ਕੋਈ ਤੁਹਾਡੇ ਕੋਲ ਕਸਟਮਰ ਆਵੇ ਤਾਂ ਕੋਈ ਡਿਸਕਾਊਂਟ ਵਗੈਰਾ ਕਰੇ ਸੋ ਅੱਛਾ ਖਲ ਪਟੇ ਸੀ ਨਹੀਂ ਇੱਧਰ ਤਾਂ ਯਾ ਬਣਦਾ ਸਾਡਾ ਨਹੀਂ ਇਹ ਜਨਾਬ ਇਹ ਲੋਕੇਸ਼ਨ ਸਮਝਾ ਦਿਓ ਆਪ ਹੀ ਜਨਾਬ ਦੁਬਈ ਸ਼ਾਪਿੰਗ ਮਾਲ ਦੇ ਬਿਲਕੁਲ ਸਾਹਮਣੇ ਸਹੀ ਹੈ ਮਨਾਰ ਮੋਟਰਸਾਈਕਲ ਮਨਾਰ ਮਿਆਣੀ ਅੱਡਾ ਮਨਾਰ ਮੋਟਰਸਾਈਕਲ ਜੀ ਅਸੀਂ ਆ ਗਏ ਹਾਂ ਵਾਪਸ ਠੀਕ ਹੋ ਗਿਆ ਭਾਈ ਰਿਜ਼ਵਾਨ ਕੋਲ ਲੈ ਲਈਏ ਇਜਾਜ਼ਤ ਇਹ ਜਨਾਬ ਭਾਈ ਨੇ ਸਾਡੇ ਮਲਿਕ ਹਸਨੈਨ ਵਾਣ ਸਾਹਿਬ ਠੀਕ ਹੋ ਗਿਆ ਅਕਸਰ ਤੋਂ ਸਾਹਿਬ ਵੇਖੇ ਵੀ ਉਹ ਸਨ ਸਾਡੇ ਨਾਲ ਉਹਨਾਂ ਨੇ ਸੈਟਅਪ ਬਣਾਇਆ ਉਹ ਪਰਚੀ ਵਗੈਰਾ ਦਿੰਦੇ ਨੇ ਲੀਜ਼ ਦੀ ਜਿਹੜੀ ਹੈ ਕੋਈ ਟਰਾਲੀਆਂ ਹੁੰਦੀਆਂ ਟੈਕਸ ਵਸੂਲ ਕਰਦੇ ਨੇ ਪੱਥਰ ਵਾਲੀਆਂ ਟਰਾਲੀਆਂ ਕੋਲੋਂ ਜਿਹੜਾ ਨਾ ਅਤੇ ਉਹ ਜਿਹੜੇ ਤੋਂ ਲੱਗਦੇ ਰੋਡ ਤੋਂ ਉਹਨਾਂ ਦਾ ਜਿਹੜਾ ਨਾ ਇਹ ਮਾਰਨੀਆਂ ਆਦਿ ਇਹ ਵੋ ਜੇ ਕੁਝ ਵੀ ਹੁੰਦਾ ਉਹ ਤਾਂ ਕਰਿੰਦੇ ਨੇ ਉਹ ਤਾਂ ਗੱਲਾਂ ਨੂੰ ਵਧਾਉਂਦੇ ਪੈਣ ਹੁਣ ਇਤਨੀ ਮਿਹਨਤ ਸਮਝਣਾ ਹੀ ਅਤੇ ਬਾਕੀ ਮੈਂ ਤੁਹਾਨੂੰ ਦਿਖਾਉਂਦਾ ਹੈ ਬੈਠੇ ਨੇ ਠੀਕ ਹੋ ਗਿਆ ਅਤੇ ਦਹਿ ਜਨਾਬ ਮਲਿਕ ਸਾਹਿਬ ਬੈਠੇ ਨੇ ਇਹ ਆਪਣੀ ਵੀਡੀਓ ਐਡਿਟ ਕਰ ਰਹੇ ਉਦੋਂ ਆ ਗਿਆ ਸਾ ਵਾਪਸੀ ਇੱਥੇ ਬੈਠੇ ਮੈਂ ਕਿ ਦੋ ਮਿੰਟ ਸਾਹ ਕੱਢਦੇ ਇਹਨਾਂ ਕੋਲ ਅਤੇ ਜੱਟ ਪਾਣੀ ਛਾਣੀ ਪੀਤਾ ਰਿਲੈਕਸ ਹੋਏ ਹਾਂ ਇਹਨਾਂ ਤਾਂ ਅੱਗੋਂ ਬਹੁਤ ਤਕਲਫ ਕਰ ਸਕਿਆ ਬਾਰਾ ਲੋਣ ਤੋਂ ਨਾ ਦੱਸਦੇ ਰੋਟੀ ਛੋਟੀ ਦਿਨ ਖਾ ਕੇ ਵੰਜਾ ਤਾਂ ਅਸੀਂ ਜ਼ਿੰਦ ਕੀਤੀ ਹੈ ਬਸ ਅਸੀਂ ਨਾ ਕਹਿੰਦੇ ਬਾਰਾ ਲੁੱਠਿਆ ਤਾਂ ਇਹਨਾਂ ਨਪਕ ਸਾਨੂੰ ਬੰਨ੍ਹ ਸੱਟਿਆ ਵੀ ਨਹੀਂ ਵਹਿਣ ਦੇਣਾ ਐਡੇ ਕਾਲੇ ਅਸੀਂ ਵੀ ਕੋਈ ਨਾ ਅਸੀਂ ਅੱਗ ਖੋਲ ਸੱਟ ਅਸੀਂ ਉਹ ਵੀ ਨਾ ਉੱਠਦੇ ਅਸੀਂ ਨਾ ਵਹਿੰਦੇ ਅਸੀਂ ਇੱਥੇ ਬੈਠੇ ਤੂੰ ਟੈਨਸ਼ਨ ਨਾ ਲੈ ਇਹ ਤਾਂ ਸਾਨੂੰ ਇੰਨਾ ਮੱਛਰਦਾਨੀਆਂ ਐਡਾ ਕੂਆ ਵਾ ਰੋਟੀ ਤੋਂ ਬਗੈਰ ਨਹੀਂ ਰਹਿਣ ਦੇਣਾ ਮੈਂ ਆ ਕਿਹਾ ਤੂੰ ਨਾ ਡਾਕ ਬੇਚਿੰਤੋ ਵਾ ਤੂੰ ਜਿਹੜਾ ਇੱਕ ਵੇਰ ਆਖ ਸੱਟਿਆ ਨਾ ਇੰਜਾਡੀ ਵੀ ਗੱਲ ਕੋਈ ਨਹੀਂ ਹੁਣ ਤਾਂ ਖਲੂਸ ਅਸੀਂ ਠੋਕਰਾ ਸੱਟੀ ਹੈ ਬਹਰਹਾਲ ਜੀ ਇਹਨਾਂ ਦਾ ਵੱਡਾ ਪੰਨ ਹੈ ਅਤੇ ਵੀਰਾ ਸਾਡੇ ਤਰਲਾ ਵੀ ਕੀਤਾ ਬਸ ਸਾਨੂੰ ਸਪੋਰਟ ਵੀ ਕਰੋ ਉਹ ਅਜੇ ਤਾਈਂ ਨਹੀਂ ਮੰਨਦੇ ਪਏ ਬਹਰਹਾਲ ਅੱਲਾ ਖੈਰ ਕਰੇ ਸੀ ਤੁਸੀਂ ਕਮੈਂਟ ਹੀ ਦੱਸਣਾ ਵਾ ਸਪੋਰਟ ਕਰਨਾ ਚਾਹੀਦਾ ਮਾੜੇ ਬੰਦੇ ਨੂੰ ਜਾਂ ਨਹੀਂ ਕਰਨਾ ਚਾਹੀਦਾ
ਇੱਥੇ ਮੈਂ ਕਿ ਜੱਟ ਬਾਨੇ ਰਿਲੈਕਸ ਹੁੰਦੇ ਹਾਂ, ਉੱਥੋਂ ਦਸਤੀ ਲੱਥੇ ਹਾਂ ਥੱਲੇ ਜਨਾਬ। ਹੁਣ ਲੰਗਰ ਪਾਣੀ ਇੱਥੋਂ ਕਰਿੰਦੇ ਹਾਂ ਅਤੇ ਇਸ ਤੋਂ ਬਾਅਦ ਇਨਸ਼ਾਲਾ ਚੱਲਦੇ ਹਾਂ। ਅੱਗੇ ਕਿਧਰੇ ਕਿਲੋਮੀਟਰ ਹੋਣਾ ਇਹ ਸਾਡਾ ਡੇਰਾ? ਡੇਢ ਕਿਲੋਮੀਟਰ ਦਾ ਸਫ਼ਰ ਹੈ ਇੱਥੋਂ ਦੇ ਸਾਹਮਣੇ ਕੱਚਾ ਰੋਡ ਲਾਉਂਦਾ ਪਿਆ, ਡੇਢ ਕਿਲੋਮੀਟਰ ਦਾ ਸਫ਼ਰ ਹੈ, ਤਕਰੀਬਨ ਤਿੰਨ ਚਾਰ ਮਿੰਟ ਲੱਗਣੇ ਅਤੇ ਘਰ। ਉਸ ਤੋਂ ਬਾਅਦ ਜੁੰਮੇ ਦਾ ਟਾਈਮ ਵੀ ਹੋ ਗਿਆ, ਜੁੰਮਾ ਸ਼ੁੰਮਾ ਪੜ੍ਹਨਾ, ਬਾਕੀ ਜਿਹੜੇ ਹਾਲਾਤ ਵਕਿਆਤ ਆਪਣੇ ਸਾਰੇ ਉੱਥੇ ਹਨ ਉਹ ਇਨਸ਼ਾਲਾ। ਇਸ ਤੋਂ ਬਾਅਦ ਸੀਨ ਸੁਨਹਿਰੀ ਬਣ ਸੀ, ਲੇਕਿਨ ਫਿਲਹਾਲ ਤਾਂ ਅਸੀਂ ਇੱਥੇ ਅੱਗ ਬਹਿ ਰਹੇ ਹਾਂ ਅਤੇ ਹੁਣ ਜਨਾਬ ਰੋਟੀ ਛੋਟੀ ਖਾਂਦੇ ਹਾਂ, ਉਸ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਅਗਲੇ ਸੀਨ ਸੁਨਹਿਰੀ। ਇਹ ਆ ਗਿਆ ਜਨਾਬ ਖਾਣਾ ਦਾਣਾ ਖਾਣਾ, ਇਹ ਲੀਮ ਆ ਗਈ, ਇਹ ਰੋਟੀਆਂ। ਮਾਲਕ ਸਾਹਿਬ ਥੈਂਕ ਯੂ ਵੈਰੀ ਮੱਚ, ਤੇ ਬੋਤਲ ਵੀ ਨਹੀਂ ਖਾਂਦੀ ਤਾਂ ਘਾਏ ਨੂੰ ਵੀ ਮੁਲਕ ਹੈ ਨੇ ਕਿ ਇਹਨੇ ਬੋਤਲ ਖੁਆਉਣਾ। ਮਾਲਕ ਸਾਹਿਬ ਖਾਣਾ ਖਾ ਕੇ ਮਿਲਦੇ ਹਾਂ। ਹਾਂਜੀ ਉਹ ਟੂਰ ਸ਼ੂਰ ਸਾਰਾ ਖਤਮ ਹੋ ਗਿਆ ਅਤੇ ਬਾਕੀ ਹੁਣ ਚੱਲਾਂ ਸ਼ਾਦੀ ਦੀ ਦਾਵਤ ਛੋਟੀ ਜਿਹੀ, ਪਹਿਲ ਮੈਂ ਰਿਹਾ ਅਸਲ ਸੁੱਤਾ, ਉਦੋਂ ਆਇਆ ਨਮਾਜ਼ ਪੜ੍ਹੀ ਜੁੰਮੇ ਦੀ, ਉਸ ਤੋਂ ਬਾਅਦ ਜਨਾਬ ਆ ਗਿਆ ਸਹਿ। ਹੁਣ ਜਨਾਬ ਕੋਈ ਹੋਸ਼ ਰਲੀ ਹੈ, ਮੂੰਹ ਹੱਥ ਧੋਤਾ, ਛੋਟੀ ਜਿਹੀ ਸ਼ਾਦੀ ਦੀ ਦਾਵਤ ਮੇਰੇ ਖਿਆਲ 'ਚ ਗਰਾ ਲੈਂਦਾ ਸਿਆ। ਹੁਣ ਉਸ ਤੋਂ ਬਾਅਦ ਉੱਦਾਂ ਚੱਲਦੇ ਹਾਂ ਔਰ ਚੈੱਕ ਰਹਿੰਦੇ ਕਿ ਇਸ ਰੂਟ ਵਾਲੇ ਤੁਹਾਨੂੰ ਨਾਲ ਲੈ ਕੇ ਵਰਨਾ। ਉਸ ਤੋਂ ਬਾਅਦ ਵਾਪਸੀ ਉਹਨੇ ਉਹ ਦੱਸਿਆ ਸਾਂ, ਵਾ ਤੁਹਾਨੂੰ ਵੀ ਕਿਹਾ ਸਾਂ, ਬਾਕੀ ਜਿਹੜਾ ਸੀਨ ਸੁਨਹਿਰੀ ਹੋਇਆ ਉਹ ਉਸ ਤੋਂ ਬਾਅਦ ਵਾਲੀ ਸੂਰਤ ਵਿੱਚ ਉਸੇ ਚੱਲਦੇ ਹਾਂ ਬਾਹਰ ਇੰਤਜ਼ਾਰ ਕਰ ਰਹੇ ਨੇ ਲੈ ਕੇ ਵਰਨਾ। ਸ਼ਾਦੀ 'ਚ ਗਏ ਹਾਂ ਸਿਰਫ ਹਾਜ਼ਰੀ ਦੇਣਾ ਵਾਸਤੇ, ਤਕਰੀਬਨ ਪੰਜ ਦਸ ਮਿੰਟ ਬੈਠੇ ਹਾਂ, ਉਸ ਤੋਂ ਬਾਅਦ ਦਸਤੀ ਉੱਠੇ ਹਾਂ, ਘਰ ਆ ਗਏ ਹਾਂ। ਘਰ ਆਏ ਹਾਂ ਤਾਂ ਅੱਗੋ ਜਨਾਬ ਹੈ ਇਹਨਾਂ ਦੀ, ਜਨਾਬ ਇਹਦੀ ਦਾੜੀ ਕਟਾਉਣੀ ਹੈ, ਉਹਦੀਆਂ ਮੁੱਛਾਂ ਕਟਾਉਣੀਆਂ ਅਤੇ ਮੈਂ ਰੋਡ ਕਰਾਉਣਾ ਇਹਨਾਂ ਦਾ। ਜਨਾਬ ਜਿਹੜਾ ਨਵਾਜ਼ ਸ਼ਾਰ ਕਟਾਉਣੇ ਨੇ ਸਭ ਸਕੂਲ ਬਹਿਣਾ, ਛੁੱਟੀਆਂ ਅੱਜ ਵੀ ਮੇਰੇ ਖਿਆਲ ਗਏ ਤਾਂ ਹੈ, ਲੇਕਿਨ ਇਹ ਆ ਬਸ ਸੁਬਹ ਇਹਨਾਂ ਦਾ ਜਿਹੜਾ ਨਾ ਅੱਜ ਓਬਜੈਕਸ਼ਨ ਲੱਗਾ ਕਿ ਤੁਸੀਂ ਵਾਲ ਛਾਲ ਕਟਾ ਕਹੋ। ਜਾਂ ਮੈਂ ਕਿਹਾ ਚਲੋ ਜੀ ਹੁਣ ਅੱਜ ਸਾਰਾ ਦਿਨ ਮੋਟਰਸਾਈਕਲ 'ਤੇ ਹੀ ਇੱਦਾਂ ਤੁਰਦਾ ਇੱਦਾਂ ਤੁਰਦਾ, ਹੁਣ ਇਹਨਾਂ ਲੈ ਕੇ ਪੈਂਦੇ ਇਹਨਾਂ ਦੇ ਕੋਈ ਕਟਿੰਗ ਮਟਿੰਗ ਜੇ ਉਹ ਕਰਾਉਂਦੇ ਹਾਂ। ਤਾਂ ਉਸ ਤੋਂ ਬਾਅਦ ਜਨਾਬ ਟਾਈਮ ਵੀ ਹੈ ਵੇਖਿਆ ਡੇਰ ਸਾਰਾ ਹੋਇਆ ਖਾਲਾ, ਐਂਡ ਹੀ ਹੋਇਆ ਖਾਲਾ ਬਾਰਾ। ਹੁਣ ਇਹਨਾਂ ਨੇ ਵਹਿ ਲੈ ਕੇ ਬਹਿੰਦੇ ਹਾਂ, ਕੋਈ ਨਾਈ ਵੀ ਹੈ ਜਾਂ ਕੋਈ ਨਾ, ਕਿਉਂਕਿ ਈਦ ਦੇ ਦਿਨ ਆਉਂਦਾ ਹੈ, ਈਦ ਸਾਰਿਆਂ ਲੱਗ। ਜਨਾਬ ਦੋਵੇਂ ਤਿਆਰ ਹੋ ਗਏ, ਜਵਾਬ ਤੂੰ ਹੀ ਮਟੋਰਾ ਮੈਂ ਨਾ ਪਿੱਛੋਂ ਮੁੜਾ ਨਾ। ਵਾਓ ਕਟਿੰਗ ਠੀਕ ਹੋ ਗਈ ਹੈ? ਹੈਂ ਠੀਕ ਹੋ ਗਿਆ, ਬਹਿ ਜਾ ਤੂੰ ਆਰਾਮ। ਟੈਕਰਾ ਸ਼ੇਰ ਪੰਜਾਬ, ਵੈਰੀ ਗੁੱਡ, ਫਿੱਟ ਹੋ ਗਿਆ ਹੁਣ? ਓਕੇ ਹੋ ਗਿਆ, ਚਲ ਅੱਛਾ ਜੀ। ਕਟਿੰਗ ਸ਼ਟਿੰਗ ਇਹਨਾਂ ਦੀ ਓਕੇ ਹੋ ਗਈ ਹੈ, ਬਾਕੀ ਆਉਣਾ ਸਾਂ ਥੋੜ੍ਹਾ ਜਿਹਾ ਖੱਤ ਛੱਤ ਸਿੱਧਾ ਕਰਾਉਣਾ ਸੀ ਅਤੇ ਕਿਰਾਇਆ ਕੌਣ ਆਈ, ਅਤੇ ਬਾਕੀ ਇਸ ਤੋਂ ਬਾਅਦ ਉਸ ਆਖਿਆ ਵਾ ਉਹ ਕਸਾਰੀ ਯਾਰ ਬਾਜ 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 ਕਹਿਣੋ ਕਿ ਬਸ ਹੋਈ ਪਈ ਹੈ। ਇਨਸ਼ਾਅੱਲਾ ਜਿਹੜਾ ਇਸ ਤੋਂ ਬਾਅਦ ਕਰਦੇ ਹਾਂ ਵਲੋਗ ਦਾ ਐਂਡ, ਇਨਸ਼ਾਅੱਲਾ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ। ਆਪਣੇ ਬਾਈ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਹੈ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੇ ਔਰ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ। ਇਨਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖਿਆ। ਇਨਸ਼ਾਅੱਲਾ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ, ਆਪਣਾ ਢੇਰ ਸਾਰਾ ਖਿਆਲ ਰੱਖਿਆ ਹੈ। ਅਗਰ ਕੋਈ ਗਲਤੀ ਗੁਸਤਾਖੀ ਹੋ ਤਾਂ ਬਾਈ ਮਾਫ਼ ਕਰਿਆ ਹੈ, ਅੱਲਾਹ ਨਿਗਹਿਬਾਨ।